ਜੀਰਕਪੁਰ ਦੇ ਵਿੱਚ ਸਪਾ ਸੈਂਟਰ ਦੀ ਆੜ ਦੇ ਵਿੱਚ ਵੱਧ ਫੁੱਲ ਰਹੇ ਦੇਹ ਵਪਾਰ ਦੇ ਧੰਦੇ ਨੂੰ ਲੈ ਕੇ ਬੈਰਕਪੁਰ ਪੁਲਿਸ ਨੇ ਅੱਜ CCC ਦੇ ਸਪਾ ਸੈਂਟਰ 'ਤੇ ਛਾਪਾ ਮਾਰਿਆ। ਇਲਾਕਾ ਨਿਵਾਸੀਆਂ ਦੇ ਵੱਲੋਂ ਲੰਮੇ ਸਮੇਂ ਤੋਂ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਆਸ ਪਾਸ ਦੀ ਸੁਸਾਇਟੀਆਂ ਦੇ ਲੋਕ ਅਕਸਰ ਇੱਥੇ CCC ਦੇ ਵਿੱਚ ਖਰੀਦਦਾਰੀ ਕਰਨ ਦੇ ਲਈ ਆਉਂਦੇ ਨੇ, ਪਰ ਇੱਥੇ ਸਪਾ ਸੈਂਟਰ ਦੀ ਆੜ ਦੇ ਵਿੱਚ ਦੇਹ ਵਪਾਰ ਦਾ ਧੰਦਾ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ, ਜਿਸ ਨੂੰ ਦੇਖਦੇ ਹੋਏ ਇੱਥੋਂ ਦਾ ਮਾਹੌਲ ਦਿਨੋਂ ਦਿਨ ਵਿਗੜਦਾ ਜਾ ਰਿਹਾ। ਤਾਂ ਇਹ ਕਿਹਾ ਜਾ ਸਕਦਾ ਹੈ ਕਿ ਅੱਜ ਇਹਨਾਂ ਸਪਾ ਸੈਂਟਰਾਂ 'ਤੇ ਬੈਰਕਪੁਰ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ, ਕਿਉਂਕਿ ਪ੍ਰਸ਼ਾਸਨ ਨੂੰ ਲੰਮੇ ਸਮੇਂ ਤੋਂ ਇਹ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਇੱਥੇ ਸਪਾ ਸੈਂਟਰ ਦੀ ਆੜ ਦੇ ਵਿੱਚ ਦੇਹ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ। ਤਾਂ ਜਿਸ ਦੇ ਮੱਦੇਨਜ਼ਰ ਅੱਜ ਜੀਰਕਪੁਰ ਪੁਲਿਸ ਨੇ ਇੱਥੇ ਛਾਪੇਮਾਰੀ ਕੀਤੀ ਹੈ ਅਤੇ ਛਾਪੇਮਾਰੀ ਦੇ ਦੌਰਾਨ ਕੁਝ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਨੇ। ਸਰ, ਕੀ ਮਾਮਲਾ ਜਿਹੜੀ ਆ CCC ਦੇ ਵਿੱਚ ਰੇਡ ਕੀਤੀ ਗਈ ਹੈ? ਸਰ, ਇਹਨਾਂ ਜੀ ਜਿਹੜੇ CCC ਦੇ ਵਿੱਚ ਆਪਣੇ ਸਪਾ ਚੱਲਦੇ ਨੇ, ਇਹਨਾਂ ਦੇ ਸੰਬੰਧ ਦੇ ਵਿੱਚ ਸਾਡੀ ਜੁਆਇੰਟ ਟੀਮ ਮੇਰੀ SHO ਕੋਲੀ ਦੀ ਇੰਸਪੈਕਟਰ ਸਾਹਿਬ ਮਲਕੀਤ ਜੀ ਅਤੇ ਡਿਪਟੀ ਸਾਹਿਬ ਨਾਲ ਅਟੈਚ ਨੇ, ਅਤੇ ਇਹਨਾਂ ਅਸੀਂ ਸਾਰਿਆਂ ਨੇ ਜਿਹੜੇ ਜਿਹੜੇ ਸਪਾ ਖੁੱਲ੍ਹੇ ਉਹ ਚੈੱਕ ਕੀਤੇ ਆ, ਜਿਹਨਾਂ ਚੁੜੀਆਂ ਗੱਡੀਆਂ ਰਾਊਂਡ ਅਪ ਕੀਤੇ ਆ, ਬੰਦੇ ਰਾਊਂਡ ਅਪ ਕੀਤੇ ਜੀ, ਉਹ ਹੁਣ ਵੈਰੀਫਾਈ ਕਰਾਂਗੇ ਕਿਹਨਾਂ ਕੋਲ ਪਰਮਿਸ਼ਨ ਹੈ ਜਿਹਨਾਂ ਕੋਲ ਨਹੀਂ ਹੈ, ਅਤੇ ਉਸ ਹਿਸਾਬ ਨਾਲ ਜਿਹੜੇ ਕੋਲ ਜੋ ਕਾਰ ਹੋਊਗੀ ਜਿਹਦੇ ਕਾਰਵਾਈ ਬਣਦੀ ਹੋਊਗੀ ਉਸ ਕਰਕੇ। ਸਰ, ਕੀ ਮਾਮਲਾ ਜਿਹੜੀ ਆ CCC ਦੇ ਵਿੱਚ ਰੇਡ ਕੀਤੀ ਗਈ ਹੈ? ਸਰ, ਇਹਨਾਂ ਜੀ ਜਿਹੜੇ CCC ਦੇ ਵਿੱਚ ਆਪਣੇ ਸਪਾ ਚੱਲਦੇ ਨੇ, ਇਹਨਾਂ ਦੇ ਸੰਬੰਧ ਦੇ ਵਿੱਚ ਸਾਡੀ ਜੁਆਇੰਟ ਟੀਮ ਮੇਰੀ SHO ਕੋਲੀ ਦੀ ਇੰਸਪੈਕਟਰ ਸਾਹਿਬ ਮਲਕੀਤ ਜੀ ਅਤੇ ਡਿਪਟੀ ਸਾਹਿਬ ਨਾਲ ਅਟੈਚ ਨੇ, ਅਤੇ ਇਹਨਾਂ ਅਸੀਂ ਸਾਰਿਆਂ ਨੇ ਜਿਹੜੇ ਜਿਹੜੇ ਸਪਾ ਖੁੱਲ੍ਹੇ ਉਹ ਚੈੱਕ ਕੀਤੇ ਆ, ਜਿਹਨਾਂ ਚੁੜੀਆਂ ਗੱਡੀਆਂ ਰਾਊਂਡ ਅਪ ਕੀਤੇ ਆ, ਬੰਦੇ ਰਾਊਂਡ ਅਪ ਕੀਤੇ ਜੀ, ਉਹ ਹੁਣ ਵੈਰੀਫਾਈ ਕਰਾਂਗੇ ਕਿਹਨਾਂ ਕੋਲ ਪਰਮਿਸ਼ਨ ਹੈ ਜਿਹਨਾਂ ਕੋਲ ਨਹੀਂ ਹੈ, ਅਤੇ ਉਸ ਹਿਸਾਬ ਨਾਲ ਜਿਹੜੇ ਕੋਲ ਜੋ ਕਾਰ ਹੋਊਗੀ ਜਿਹਦੇ ਕਾਰਵਾਈ ਬਣਦੀ ਹੋਊਗੀ ਉਸ ਕਰਕੇ। ਸਰ, ਕੀ ਮਾਮਲਾ ਜਿਹੜੀ ਆ CCC ਦੇ ਵਿੱਚ ਰੇਡ ਕੀਤੀ ਗਈ ਹੈ? ਸਰ, ਇਹਨਾਂ ਜੀ ਜਿਹੜੇ CCC ਦੇ ਵਿੱਚ ਆਪਣੇ ਸਪਾ ਚੱਲਦੇ ਨੇ, ਇਹਨਾਂ ਦੇ ਸੰਬੰਧ ਦੇ ਵਿੱਚ ਸਾਡੀ ਜੁਆਇੰਟ ਟੀਮ ਮੇਰੀ SHO ਕੋਲੀ ਦੀ ਇੰਸਪੈਕਟਰ ਸਾਹਿਬ ਮਲਕੀਤ ਜੀ ਅਤੇ ਡਿਪਟੀ ਸਾਹਿਬ ਨਾਲ ਅਟੈਚ ਨੇ, ਅਤੇ ਇਹਨਾਂ ਅਸੀਂ ਸਾਰਿਆਂ ਨੇ ਜਿਹੜੇ ਜਿਹੜੇ ਸਪਾ ਖੁੱਲ੍ਹੇ ਉਹ ਚੈੱਕ ਕੀਤੇ ਆ, ਜਿਹਨਾਂ ਚੁੜੀਆਂ ਗੱਡੀਆਂ ਰਾਊਂਡ ਅਪ ਕੀਤੇ ਆ, ਬੰਦੇ ਰਾਊਂਡ ਅਪ ਕੀਤੇ ਜੀ, ਉਹ ਹੁਣ ਵੈਰੀਫਾਈ ਕਰਾਂਗੇ ਕਿਹਨਾਂ ਕੋਲ ਪਰਮਿਸ਼ਨ ਹੈ ਜਿਹਨਾਂ ਕੋਲ ਨਹੀਂ ਹੈ, ਅਤੇ ਉਸ ਹਿਸਾਬ ਨਾਲ ਜਿਹੜੇ ਕੋਲ ਜੋ ਕਾਰ ਹੋਊਗੀ ਜਿਹਦੇ ਕਾਰਵਾਈ ਬਣਦੀ ਹੋਊਗੀ ਉਸ ਕਰਕੇ। ਸਰ, ਕੀ ਮਾਮਲਾ ਜਿਹੜੀ ਆ CCC ਦੇ ਵਿੱਚ ਰੇਡ ਕੀਤੀ ਗਈ ਹੈ? ਸਰ, ਇਹਨਾਂ ਜੀ ਜਿਹੜੇ CCC ਦੇ ਵਿੱਚ ਆਪਣੇ ਸਪਾ ਚੱਲਦੇ ਨੇ, ਇਹਨਾਂ ਦੇ ਸੰਬੰਧ ਦੇ ਵਿੱਚ ਸਾਡੀ ਜੁਆਇੰਟ ਟੀਮ ਮੇਰੀ SHO ਕੋਲੀ ਦੀ ਇੰਸਪੈਕਟਰ ਸਾਹਿਬ ਮਲਕੀਤ ਜੀ ਅਤੇ ਡਿਪਟੀ ਸਾਹਿਬ ਨਾਲ ਅਟੈਚ ਨੇ, ਅਤੇ ਇਹਨਾਂ ਅਸੀਂ ਸਾਰਿਆਂ ਨੇ ਜਿਹੜੇ ਜਿਹੜੇ ਸਪਾ ਖੁੱਲ੍ਹੇ ਉਹ ਚੈੱਕ ਕੀਤੇ ਆ, ਜਿਹਨਾਂ ਚੁੜੀਆਂ ਗੱਡੀਆਂ ਰਾਊਂਡ ਅਪ ਕੀਤੇ ਆ, ਬੰਦੇ ਰਾਊਂਡ ਅਪ ਕੀਤੇ ਜੀ, ਉਹ ਹੁਣ ਵੈਰੀਫਾਈ ਕਰਾਂਗੇ ਕਿਹਨਾਂ ਕੋਲ ਪਰਮਿਸ਼ਨ ਹੈ ਜਿਹਨਾਂ ਕੋਲ ਨਹੀਂ ਹੈ, ਅਤੇ ਉਸ ਹਿਸਾਬ ਨਾਲ ਜਿਹੜੇ ਕੋਲ ਜੋ ਕਾਰ ਹੋਊਗੀ ਜਿਹਦੇ ਕਾਰਵਾਈ ਬਣਦੀ ਹੋਊਗੀ ਉਸ ਕਰਕੇ।